ਸਾਡੀ ਇਹ ਬੈਠਕ ਹੋਈ ਹੈ ਇਹ ਆਪਣਾ ਲਗਭਗ 10 ਪ੍ਰਦੇਸ਼ਾਂ ਦੇ ਜੋ ਕਿਸਾਨ ਸੰਗਠਨ ਹੈ ਉਹਨਾਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਅਸੀਂ ਬਹੁਤੇ ਸੰਗਠਨ ਹੈ ਜਿਹੜੇ ਦੂਰ ਵਾਲੇ ਸੰਗਠਨ ਹੈ ਜਿਵੇਂ ਬਿਹਾਰ ਹੈ ਮਹਾਰਾਸ਼ਟਰ ਹੈ ਮੱਧ ਪ੍ਰਦੇਸ਼ ਹੈ ਉਹ ਨਹੀਂ ਆ ਸਕੇ ਜਿਹੜੇ ਨੇੜੇ ਦੇ ਆਪਣੇ ਪ੍ਰਦੇਸ਼ਾਂ ਦੇ ਸੰਗਠਨ ਹੈ ਉਹ ਇਕੱਠੇ ਹੋ ਕੇ ਅਸੀਂ ਇਹਦੇ ਵਿੱਚ ਇੱਕ ਬੜਾ ਫੈਸਲਾ ਕੀਤਾ ਵੀ ਜੋ ਇਹ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕਾਲੇ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਇਹਨੂੰ ਹੋਰ ਮਜ਼ਬੂਤੀ ਦੇਣ ਲਈ ਹੋਰ ਇਹਨੂੰ ਤਕੜਾ ਕਰਨ ਲਈ ਜਿਹੜੇ ਸੰਗਠਨ ਅਜੇ ਤੱਕਰ ਇਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਿਲ ਨਹੀਂ ਹੋਏ ਕਿਸੇ ਵੀ ਕਾਰਨ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਇੱਕ ਸਮੂਹ ਬਣਾ ਕੇ ਇਸ ਨੂੰ ਉਹਨਾਂ ਨੂੰ ਸਾਰਿਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਲਿਆ ਕੇ ਇਹਨੂੰ ਅੰਦੋਲਨ ਨੂੰ ਹੋਰ ਤਕੜਾ ਅਤੇ ਤੇਜ਼ ਕੀਤਾ ਜਾ ਸਕੇ ਇਸ ਕੈਮ ਨੂੰ ਇਹਦੇ ਇਸ ਮਨੋਰਥ ਦੇ ਤਹਿਤ ਉਦੇਸ਼ ਦੇ ਤਹਿਤ ਇਹ ਮੀਟਿੰਗ ਸੱਦੀ ਸੀ ਉਹਦੇ ਵਿੱਚ ਇਹ ਮੀਟਿੰਗ ਸਫਲ ਹੋਈ ਹੈ। ਅਸੀਂ ਇੱਕ ਇਹੋ ਜਿਹੇ ਸੰਗਠਨ ਲਗਭਗ 10 ਪ੍ਰਦੇਸ਼ਾਂ ਕੇ ਸੰਗਠਨ ਹੈ 40 ਦੇ ਲਗਭਗ ਉਹਨਾਂ ਦੀ ਗਿਣਤੀ ਹੈ ਉਹ ਸਾਰਿਆਂ ਨੇ ਮਿਲ ਕੇ ਇੱਕ ਭਾਰਤੀਆ ਕਿਸਾਨ ਮਜ਼ਦੂਰ ਫੈਡਰੇਸ਼ਨ ਨਾਮ ਕਾ ਸਮੂਹ ਹੈ ਜਿਹੜਾ ਉਸ ਕਾ ਗਠਨ ਅੱਜ ਕੀ ਮੀਟਿੰਗ ਮੇਂ ਕੀਤਾ ਗਿਆ ਹੈ। ਉਸ ਕੀ ਇੱਕ ਮਤਲਬ ਅਗਲਾ ਜੋ ਉਸ ਕਾ ਹੈ ਕਿਆ ਮਨੋਰਥ ਹੋਗਾ ਉਸ ਕਾ ਇੱਕ ਤੋਂ ਮਨੋਰਥ ਹੈਗਾ ਹੀ ਹੈ ਵੀ ਜੋ ਆਹ ਅੰਦੋਲਨ ਹੈ ਉਸਕੋ ਤਕੜਾ ਕਰਨਾ ਹੈ ਉਸਕੋ ਮਜ਼ਬੂਤ ਕਰਨਾ ਹੈ ਔਰ ਉਸ ਕਾ ਕਿਆ ਮਕਸਦ ਹੋਗਾ ਕੈਸੇ ਕੰਮ ਕਰੇਗਾ ਉਸ ਕੀ ਕੌਣ ਸੀ ਕਮੇਟੀ ਹੋਏਗੀ ਇਹਨਾਂ ਸਾਰੀਆਂ ਗੱਲਾਂ 'ਤੇ ਪ੍ਰਧਾਨ ਗੁਰਨਾਮ ਸਿੰਘ ਜੀ ਚੜੂਨੀ ਹੈ ਜੋ ਆਪਣੇ ਹਰਿਆਣਾ ਬੀ ਕੇ ਜੀ ਚੜੂਨੀ ਦੇ ਪ੍ਰਧਾਨ ਨੇ ਉਹ ਇਹਨਾਂ ਬਾਰੇ ਬਾਤ ਕਰਦੇ। ਮੈਂ ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਹੈ ਸਟੇਟ ਅਧਿਕਸ਼ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ। ਸਾਥੀਓ ਜੋ ਅੰਦੋਲਨ ਅਭੀ ਚੱਲ ਰਿਹਾ ਹੈ ਇਸ ਅੰਦੋਲਨ ਕੋ ਔਰ ਮਜ਼ਬੂਤੀ ਪ੍ਰਦਾਨ ਕਰੇ ਔਰ ਸਟੇਟੋਂ ਕੋ ਜੋੜੇ ਤੋ ਉਸਕੇ ਲੀਏ ਪ੍ਰਯਾਸ ਕੀਆ ਹੈ ਔਰ ਕਈ ਜੋ ਦੂਸਰੇ ਸਟੇਟ ਕੇ ਲੋਕ ਹੈ ਜੈਸੇ ਕਸ਼ਮੀਰ ਹੈ ਬਿਹਾਰ ਹੈ ਮਹਾਰਾਸ਼ਟਰ ਹੈ ਉਨ ਲੋਕੋ ਕੇ ਉਨ ਜੋ ਹਮਾਰੇ ਸੰਗਠਨ ਹੈ ਉਨਸੇ ਟੈਲੀਫੋਨ ਪੇ ਬਾਤ ਕਰਕੇ ਸੰਪਰਕ ਕੀਆ ਹੈ ਔਰ ਇਹ ਹਮਾਰੇ ਪਾਸ ਕੁੱਲ ਮਿਲਾ ਕੇ 38 ਸੰਗਠਨ ਹੋ ਗਏ ਹੈ ਜਿਨਸੇ ਹਮਾਰੀ ਬਾਤ ਹੋ ਚੁੱਕੀ ਹੈ ਔਰ ਉਨਸੇ ਸਹਿਮਤੀ ਲੈ ਕੇ ਕੁਛ ਸੰਗਠਨ ਹਮਾਰੇ ਬੀਚ ਮੇਂ ਬੈਠੇ ਹੈ ਤੋ ਇਹ ਆਜ ਇੱਕ ਨਵੇਂ ਸੰਗਠਨ ਕਾ ਗਠਨ ਕੀਆ ਹੈ ਫੈਡਰੇਸ਼ਨ ਸੰਗਠਨ ਤੋਂ ਪਹਿਲੇ ਸੇ ਇੱਕ ਫੈਡਰੇਸ਼ਨ ਸਭੀ ਸੰਗਠਨੋਂ ਕਾ ਇੱਕ ਸਮੂਹ ਉਹ ਬਣਾਇਆ ਹੈ ਔਰ ਉਸਕਾ ਨਾਮ ਰੱਖਿਆ ਹੈ ਭਾਰਤੀਯ ਕਿਸਾਨ ਮਜ਼ਦੂਰ ਫੈਡਰੇਸ਼ਨ ਔਰ ਜੋ ਮੌਜੂਦਾ ਅੰਦੋਲਨ ਚੱਲ ਰਿਹਾ ਉਸਮੇ ਕੁਛ ਸੰਗਠਨ ਆਪਣੀ ਇਹ ਮਹਿਸੂਸ ਕਰ ਰਹੇ ਹੈ ਕਿ ਹਮਾਰਾ ਕੋਈ ਵਾਲੀ ਵਾਰਸ ਨਹੀਂ ਹੈ ਹਮ ਕੰਮ ਤੋਂ ਕਰ ਰਹੇ ਹੈ ਲੇਕਿਨ ਹਮ ਹਮਾਰਾ ਵਾਲੀ ਵਾਰਸ ਕੌਣ ਹੈ ਐਸਾ ਕਿਸੇ ਕੇ ਅੰਦਰ ਭਾਵਨਾ ਨਾ ਪਨਪੇ ਉਨਕੋ ਜੋੜ ਕੇ ਇਹ ਇੱਕ ਸਮੂਹ ਬਣਾ ਲਿਆ ਗਿਆ ਹੈ ਔਰ ਇਸਕਾ ਜੋ ਸੰਚਾਲਨ ਹੈ ਉਹ ਅਭੀ 5 ਮੈਂਬਰੀ ਕਮੇਟੀ ਉਸਕੀ ਬਣਾਏਗੇ ਇੱਕ ਉਸਕਾ ਕਨਵੀਨਰ ਬਣਾਏਗੇ ਔਰ ਇਹ ਮੈਂਬਰ ਔਰ ਵੀ ਅਗਰ ਕਿਸਮ ਕੇ ਸੰਗਠਨ ਜੁੜੇਗੇ ਤਾਂ ਇਹ ਮੈਂਬਰੀ 11 ਮੈਂਬਰੀ ਕਮੇਟੀ ਤੱਕ ਇਸਕੋ ਹਮ ਬਣਾ ਸਕਤੇ ਹੈ ਔਰ ਇਸ ਅੰਦੋਲਨ ਕੇ ਇਲਾਵਾ ਅਗਰ ਕੋਈ ਔਰ ਵੀ ਅੰਦੋਲਨ ਕਰਨੇ ਪੜੇ ਜੈਸੇ ਅਭੀ ਇੱਕ ਛੱਤੀਸਗੜ੍ਹ ਮੇਂ ਅੰਦੋਲਨ ਚੱਲ ਰਿਹਾ ਹੈ ਵਹਾਂ ਪੇ ਸ਼ਾਇਦ ਗੋਲੀ ਵੀ ਚਲੀ ਹੈ 3 ਲੋਕੋਂ ਕੀ ਵਹਾਂ ਪੇ ਮੌਤ ਵੀ ਹੋਈ ਹੈ ਤੋ ਐਸੇ ਜੋ ਵੀ ਦਾਏ ਬਾਏ ਕੇ ਅੰਦੋਲਨ ਹੋ ਗਏ ਉਹਨੂੰ ਵੀ ਇਹ ਜਾ ਕੇ ਉਨਕਾ ਸਹਿਯੋਗ ਕਰੇਗਾ ਔਰ ਜੋ ਛੱਤੀਸਗੜ੍ਹ ਮੇਂ ਅੱਜ ਅੰਦੋਲਨ ਚੱਲ ਰਿਹਾ ਉਸਮੇਂ ਵੀ ਹਮ ਵਹਾਂ ਪੇ ਉਨਕੀ ਹੈਲਪ ਕਰੇਂਗੇ ਤੋ ਇਸ ਮਕਸਦ ਸੇ ਇਹ ਜੋ ਹੈ ਆਜ ਇੱਕ ਸੰਗਠਨ ਖੜਾ ਕੀਆ ਗਿਆ ਹੈ ਔਰ ਇਹ ਸੰਗਠਨ ਇਸ ਅੰਦੋਲਨ ਕੋ ਜੋ ਮੌਜੂਦਾ ਅੰਦੋਲਨ ਹੈ ਸੰਯੁਕਤ ਕਿਸਾਨ ਮੋਰਚੇ ਕੇ ਬੈਨਰ ਕੇ ਨੀਚੇ ਇਸ ਅੰਦੋਲਨ ਕੋ ਔਰ ਗਤੀ ਪ੍ਰਦਾਨ ਇਸਕੇ ਤਹਿਤ ਸਮ ਕਰੇਗਾ। ਉਨਕੇ ਹਮ ਆਪਕੋ ਨਾਮ ਦੇ ਦੇਂਗੇ 38 ਸੰਗਠਨ ਹਮਾਰੇ ਮੇਂ ਸ਼ਾਮਿਲ ਹੋ ਚੁਕੇ ਹੈ ਉਨ ਸਭ ਕੇ ਨਾਮ ਹਮ ਆਪਕੋ ਦੇ ਦੇਂਗੇ ਉਨਕੀ ਆਪ ਫੋਟੋ ਕਰ ਲੈਣਾ ਉਨ ਸਭ ਕੇ ਨਾਮ ਦੇ ਦੇਂਗੇ ਉਸਮੇਂ 10 ਸਟੇਟੋਂ ਸੇ ਹਮਾਰੇ ਪਾਸ ਹੈ ਵੋ ਯੂਪੀ ਹੈ ਜੰਮੂ ਕਸ਼ਮੀਰ ਹੈ ਔਰ ਪੰਜਾਬ ਹਰਿਆਣਾ ਔਰ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਬਿਹਾਰ
छत्तीसगढ़ और उत्तराखंड। तो आंदोलन चलेगा नहीं, संयुक्त किसान मोर्चा के सहयोगी, संयुक्त किसान मोर्चा के सहयोगी काम तो अब भी बहुत से लोग कर रहे हैं, लेकिन एक छत्तीसगढ़ में बैठा है, अब वो काम तो कर रहा है लेकिन हमें तो पता नहीं कि वो काम कर रहा है। अब उसको जोड़ के इस संगठन के साथ कि यहाँ से संदेश उसको भी जाए कि भैया इस तारीख को हमारा ये प्रोग्राम है। एक किसान बिहार में बैठा है, काम तो वो कर रहा है, या अगर नहीं भी काम कर रहा तो अब करेगा, उनको हमारा यहाँ से संदेश जाए कि संयुक्त मोर्चा ने फैसला ले लिया है, भैया आप भी करिए, वो करेंगे। अगर उनके साथ कोई ज्यादती होगी तो हम उनके साथ में खड़ेंगे। अभी जैसे अलग अलग बैठकें होती है, पंजाब के पत्ते सत्ताधारियों की अलग बैठक होती है कई बार, और संयुक्त किसान मोर्चा की जब बड़ी बैठक होती है वो अलग होती है, तो इसी प्रकार इस फेडरेशन की बैठक अलग हुआ। इस फेडरेशन की भी बैठक जो है, इसकी तो वैसे तो हमने एक रूटीन बनाया है कि 6 महीने में एक बैठक हुआ करेगी, वैसे तो रूटीन तो एक बैठक 6 महीने में तो हुआ ही करेगी, लेकिन जब भी कोई इमरजेंसी का होगी वो कभी भी वो कर लेंगे, उसके तो 5 मेंबर बना देंगे, 5 मेंबर कभी भी अपनी राय करके कुछ कर सकते हैं। इसका कोई किसके नेतृत्व में फेडरेशन का गठन हुआ, नेतृत्व किसका रहेगा फेडरेशन का? जी फेडरेशन के तो चीफ रहेंगे इसके जो? नहीं, चीफ अभी हमने नहीं बनाया है, अभी तो हम इसके 5 मेंबर बनाएंगे संचालन कमेटी, और एक उनका कन्वीनर बनाएंगे, वो आज की मीटिंग में नहीं चुन पाए हैं क्योंकि बाकी लोगों से भी राय करनी पड़ेगी ना, वो आज की मीटिंग में नहीं चुन पाए हैं, लेकिन आज की मीटिंग में तो केवल इतना फैसला लिया है कि ये संगठन इसमें जुड़ गए हैं, इन्होंने अपनी सहमति दे दी है और ये इसका नाम रख दिया है, और इस संयुक्त मोर्चे के साथ में मिलकर हम आगे काम करेंगे। हैं जी, राष्ट्र निर्माण की जानकारी के लिए ग्राउंड मीडिया चैनल को सब्सक्राइब करें और शेयर करें।